क्योंकि डी न्यूज हक सच और इंसाफ की आवाज। ਏਰੀਆ ਸੀ ਉਹਨਾਂ ਦਾ ਅਸੀਂ ਦੌਰਾ ਕੀਤਾ, ਮਿੱਠਾ ਬਾਜ਼ਾਰ, ਮਕਸੂਦਾ ਮੰਡੀ, ਉੱਪਰੋਂ ਲੰਮਾ ਪਿੰਡ ਅਤੇ ਸਾਰੇ ਏਰੀਏ 'ਚੋਂ ਮਾਈ ਹੀਰਾਂ ਗੇਟ, ਜਿਹੜਾ ਡੋਲਫਿਨ ਹੋਟਲ ਦੇ ਕੋਲ ਇੱਕ ਪੋਜ਼ਿਟਿਵ ਆਇਆ ਮਰੀਜ਼ ਕੱਲ੍ਹ ਲੇਡੀ, ਉਹਨਾਂ ਦਾ ਏਰੀਆ ਸਾਰਾ ਦੇਖ ਕੇ ਆਏ ਹਾਂ ਕੰਟੇਨਮੈਂਟਸ। ਔਰ ਜਿਹੜੀ ਸਾਡੀ ਪੁਲਿਸ ਫੋਰਸ ਕੋਆਰਡਨ ਕਰ ਰਹੀ ਹੈ ਕੰਟੇਨਮੈਂਟ ਜ਼ੋਨ ਨੂੰ, ਸਭ ਤੋਂ ਵਰਨੇਬਲ ਹੈ, ਉਹਨਾਂ ਵਾਸਤੇ ਅਸੀਂ ਸਪੈਸ਼ਲ ਇੰਤਜ਼ਾਮ ਕੀਤੇ ਹੈ, ਕੁਰਸੀਆਂ ਦਾ, ਟੇਬਲ, ਸੋਪ ਉਹਨਾਂ ਨੂੰ ਨਵੇਂ ਲੈ ਕੇ ਦਿੱਤੇ ਹੈ, ਨਾਲ ਇੱਕ ਉਹਨਾਂ ਨੂੰ ਵਾਟਰ ਕੂਲਰ ਲੈ ਕੇ ਦਿੱਤੇ ਆ ਜਿੱਥੇ ਉਹ ਹੱਥ ਧੋ ਸਕਦੇ ਆ ਜਾਂ ਪਾਣੀ ਪੀ ਸਕਦੇ ਆ, ਡਿਸਪੋਜ਼ੇਬਲ ਗਲਾਸਿਸ ਲੈ ਕੇ ਦਿੱਤੇ ਆ, ਔਰ ਸੈਨੇਟਾਈਜ਼ਰਸ ਉਹਨਾਂ ਕੋਲ ਐਂਪਲ ਕੁਆਂਟਿਟੀ ਦੇ ਵਿੱਚ ਉੱਥੇ ਦਿੱਤੇ ਆ, ਮਾਸਕ ਅਤੇ ਬਾਕੀ ਚੀਜ਼ਾਂ ਉਹਨਾਂ ਕੋਲ ਪਹਿਲਾਂ ਹੀ ਹੈਗੀਆਂ ਸੀ, ਗਲਵਸ ਵਗੈਰਾ। ਉਸ ਤੋਂ ਇਲਾਵਾ ਉਹਨਾਂ ਨੂੰ ਅਸੀਂ ਜਿਹੜੀ PPE ਕਿੱਟਸ ਸਾਨੂੰ ਮੁਹੱਈਆ ਹੋਈਆਂ ਹੈ DGP ਸਾਹਿਬ ਦੇ ਆਫਿਸ ਵੱਲੋਂ, ਉਹ ਅਸੀਂ ਕੰਟੇਨਮੈਂਟ ਜ਼ੋਨ 'ਚ ਸਾਰੇ ਆਪਣੇ ਇਲਾਕਿਆਂ ਨੂੰ, ਔਰ ਸਿਵਲ ਹੋਸਪਿਟਲ ਜਿਹੜਾ ਸਾਡਾ ਮੋਸਟ ਵਰਨੇਬਲ ਡਿਪਲੋਇਮੈਂਟ ਹੈ ਉਹਨੂੰ ਵੀ ਅਸੀਂ ਕਵਰ ਕੀਤਾ PPE ਕਿੱਟਸ ਨਾਲ। ਇਸ ਤੋਂ ਇਲਾਵਾ ਜਿਹੜੀ ਕਰਫਿਊ ਵਾਇਲੇਟਰਸ ਦੇ ਖਿਲਾਫ ਸਾਡੀ ਮੁਹਿੰਮ ਜਾਰੀ ਹੈ, ਹੁਣ ਵੀ ਜੇ ਆਪਾਂ ਦੇਖੀਏ ਤਕਰੀਬਨ ਅਬਾਊਟ 45 ਗੱਡੀਆਂ ਜਿਹੜੀਆਂ ਇੰਪਾਊਂਡ ਹੋ ਚੁੱਕੀਆਂ, ਚਲਾਨ 322 ਚਲਾਨ ਹੋਏ ਟ੍ਰੈਫਿਕ ਵਾਇਲੇਸ਼ਨ ਦੇ, 2 ਬੰਦੇ ਫੜੇ ਗਏ, ਇੱਕ ਪਰਚਾ ਵੀ ਦਰਜ ਹੋਇਆ, ਮੈਂ ਰਿਪੋਰਟ ਦੇ ਰਿਹਾ ਤੁਹਾਨੂੰ 3 ਵਜੇ ਚੱਕ ਦੀ। ਬਟ ਪੁਲਿਸ ਜਿਹੜੀ ਆਪਣੀ ਡਿਊਟੀ ਕਰ ਰਹੀ ਹੈ, ਸਭ ਤੋਂ ਮੇਨ ਫਿਰ ਦੁਹਰਾ ਰਹੇ ਹਾਂ ਕਿ ਸੋਸ਼ਲ ਰਿਸਪੋਂਸੀਬਿਲਟੀ ਸਾਡੇ ਸਿਟੀਜ਼ਨ ਨੂੰ ਹੋਰ ਦਿਖਾਉਣ ਦੀ ਲੋੜ ਹੈ, ਕਿਉਂਕਿ ਸਾਡੇ ਸ਼ਹਿਰ ਨੂੰ ਇੱਕ ਬੜਾ ਅਨਫੋਰਚੁਨੇਟ ਝਟਕਾ ਲੱਗਿਆ ਕੱਲ੍ਹ ਪ੍ਰਵੀਨ ਕੁਮਾਰ ਜੀ ਦੀ ਡੈਥ ਹੋਈ। ਜਦੋਂ ਇੱਕ ਇਨਸਾਨ ਆਪਣੇ ਪਰਿਵਾਰ 'ਚੋਂ ਜਾਂਦਾ ਹੈ, ਜਲੰਧਰ ਸ਼ਹਿਰ ਵੀ ਸਾਰਾ ਆਪਣਾ ਪਰਿਵਾਰ ਹੈ, ਉਹਦਾ ਅਫਸੋਸ ਸਾਨੂੰ ਸਭ ਨੂੰ ਹੁੰਦਾ, ਪਰ ਇਨਸਾਨ ਉਹੀ ਹੈ ਜਿਹੜਾ ਗਲਤੀ ਤੋਂ ਸਿੱਖਦਾ। ਆਪਾਂ ਨੂੰ ਇਹ ਗੱਲ ਸਿੱਖਣੀ ਚਾਹੀਦੀ ਹੈ ਕਿ ਕਿਉਂ ਇਹ ਗੱਲ ਹੋ ਰਹੀ ਹੈ, ਕਿਉਂ ਨਹੀਂ ਅਸੀਂ ਆਪਣੇ ਘਰਾਂ 'ਚ ਬੈਠਦੇ, ਕਿਉਂ ਅਸੀਂ ਇਨਫੈਕਸ਼ਨ ਨੂੰ ਇਨਵਾਈਟ ਕਰ ਰਹੇ ਹਾਂ ਔਰ ਟਰਾਂਸਮਿਟ ਕਰ ਰਹੇ ਹਾਂ। ਸੋ ਮੇਰੀ ਸਭ ਨੂੰ ਗੁਜ਼ਾਰਿਸ਼ ਹੈ, ਸਪੈਸ਼ਲੀ ਯੰਗਰ ਜਨਰੇਸ਼ਨ ਨੂੰ, ਕਿ ਯਾਰ ਤੁਸੀਂ ਯੂ ਲੀਡ ਫਰੋਮ ਦੀ ਫਰੰਟ, ਤੁਸੀਂ ਫਿਊਚਰ ਜਨਰੇਸ਼ਨ ਨੂੰ ਸਾਡੇ ਮੁਲਕ ਦੀ, ਸਾਡੇ ਸਮਾਜ ਦੀ, ਤੁਸੀਂ ਅੱਗੇ ਆ ਕੇ ਕੰਮ ਕਰੋ। ਮੈਂ ਤੁਹਾਨੂੰ ਮੁਬਾਰਕਬਾਦ ਵੀ ਦਿੰਦਾ ਯੰਗਰ ਜਨਰੇਸ਼ਨ ਨੂੰ, ਅੱਜ ਤੁਸੀਂ ਬਹੁਤ ਸੋਹਣੇ ਠੀਕਰੀ ਪੈ ਰਹੇ, ਸ਼ਹਿਰਾਂ 'ਚ ਵੀ ਲਾ ਦਿੱਤੇ ਆ, ਮੁਹੱਲਿਆਂ ਨੂੰ ਤੁਸੀਂ ਕੋਡਨ ਆਫ ਕੀਤਾ ਔਰ ਹਰੇਕ ਨੂੰ ਚੈੱਕ ਕਰਕੇ ਅੰਦਰ ਜਾਣ ਦੇ ਰਹੇ ਹੋ। ਮੇਰੀ ਦਿੱਲੀ ਮੁਬਾਰਕਬਾਦ ਹੈ ਨੌਜਵਾਨ ਵਰਗ ਨੂੰ, ਪਰ ਮੇਰੀ ਇੱਕ ਹੋਰ ਤੁਹਾਨੂੰ ਨਾਲ ਬੇਨਤੀ ਹੈ ਕਿ ਇਹਨੂੰ ਆਪਾਂ ਇੱਥੇ ਨਹੀਂ ਛੱਡਣਾ ਆ, ਇੰਪਰੂਵਮੈਂਟ ਦਾ ਸਕੋਪ ਹਰ ਜਗ੍ਹਾ ਹੁੰਦਾ, ਉਹਨੂੰ ਆਪਾਂ ਅੱਗੇ ਲੈ ਕੇ ਜਾਈਏ। ਪੁਲਿਸ ਤੁਹਾਡੇ ਨਾਲ ਹੈ, ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ, ਅਸੀਂ ਦੋਨੇ ਆਫਿਸਰ ਦੇਖੋ ਸਾਰਾ ਦਿਨ ਰਾਤ ਇਸੇ ਕੰਮ 'ਤੇ ਐਜ਼ ਹੈੱਡ ਆਫ ਡਿਸਟ੍ਰਿਕਟ ਘੁੰਮ ਰਹੇ ਹਾਂ, ਸਿਰਫ ਇਸ ਕਰਕੇ ਕਿ ਅਸੀਂ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਈਏ, ਔਰ ਜੋ ਸਾਡੇ ਮਾਣਯੋਗ CM ਸਾਹਿਬ ਦਾ ਜਾਂ PM ਸਾਹਿਬ ਦੇ ਆਰਡਰ ਨੇ, ਉਹ ਪਬਲਿਕ ਇੰਟਰਸਟ ਦੇ ਆਰਡਰ ਨੇ, ਉਹਨਾਂ ਨੂੰ ਆਪਾਂ ਇੰਪਲੀਮੈਂਟ ਕਰੀਏ ਔਨ ਗਰਾਊਂਡ। ਤੁਹਾਡੇ ਸਹਿਯੋਗ ਦੀ ਲੋੜ ਹੈ ਔਰ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਕਿ ਅਸੀਂ ਕੋਈ ਕਸਰ ਨਹੀਂ ਛੱਡ ਰਹੇ,
ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਪੁਲਿਸ ਵੱਲੋਂ ਕਾਰਪੋਰੇਸ਼ਨ ਦਾ ਵੀ ਡੀਸੀ ਸਾਹਿਬ ਨੇ ਦੱਸਿਆ, ਸਾਰੇ ਮਹਿਕਮੇ ਇੱਕਜੁੱਟ ਹੋ ਕੇ ਚੱਲ ਰਹੇ ਨੇ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਨਾਲ, ਮਾਨਯੋਗ DGP ਸਾਹਿਬ ਦੇ ਸਾਡੇ ਸਾਰੇ ਮਤਲਬ ਸਵੇਰ ਤੋਂ ਸ਼ਾਮ ਤੱਕ ਇਹੀ ਮੋਨੀਟਰਿੰਗ ਚੱਲ ਰਹੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਸ਼ਹਿਰ ਨੂੰ, ਪ੍ਰਾਂਤ ਨੂੰ, ਮੁਲਕ ਨੂੰ ਔਰ ਸੰਸਾਰ ਨੂੰ ਬਚਾਉਣਾ ਹੈ। ਸੋ ਧੰਨਵਾਦ ਤੁਹਾਡਾ ਔਰ ਇਸ ਤਰ੍ਹਾਂ ਹੀ ਤੁਸੀਂ ਸਾਡਾ ਸਹਿਯੋਗ ਦਿੰਦੇ ਰਹੋ। ਬਹੁਤ ਸਾਰੇ ਏਰੀਆ ਦੇ ਵਿੱਚ ਲੋਕਡਾਊਨ, ਲੋਕਾਂ ਨੇ ਖੁਦ ਵੀ ਬੜਾ ਸਹਿਯੋਗ ਕਰ ਰਹੇ ਆ, ਮੁਹੱਲੇ ਆ ਜਿਹੜੇ ਉਹਨਾਂ ਨੂੰ ਆਈਸੋਲੇਟ ਕਰ ਲਿਆ ਹੈਗਾ, ਔਰ ਜਲੰਧਰ ਦੇ ਲੋਕ ਕਾਫੀ ਸਹਿਯੋਗ ਕਰ ਰਹੇ, ਜਿਵੇਂ ਮੈਂ ਕੱਲ੍ਹ ਵੀ ਦੱਸਿਆ ਸੀ ਕਿ ਅਨਫੋਰਚੁਨੇਟਲੀ ਕੱਲ੍ਹ ਇੱਕ ਡੈਥ ਹੋ ਗਈ ਸੀ ਔਰ ਇੱਕ ਕੇਸ ਅੱਜ ਫਿਰ ਅੱਜ ਇੱਕ ਪੋਜ਼ੀਟਿਵ ਵੱਧ ਗਿਆ ਹੈਗਾ। ਜਿਹੜੇ ਉਹ ਸਵਰਨਲਤਾ ਜੀ ਸੀਗੇ, ਉਹਨਾਂ ਦਾ ਬੇਟਾ ਪਹਿਲਾਂ ਰਵੀ ਚਾਵੜਾ ਪੋਜ਼ੀਟਿਵ ਆਇਆ, ਅੱਜ ਰਵੀ ਚਾਵੜਾ ਜੀ ਦਾ ਇੱਕ ਮੁੰਡਾ ਹੈਗਾ ਉਹ ਜਿਹੜਾ ਪੋਜ਼ੀਟਿਵ ਆ ਗਿਆ। ਤਾਂ ਮੇਰੀ ਸਾਰੇ ਜਲੰਧਰ ਵਾਸੀਆਂ ਨੂੰ ਇੱਕੋ ਹੀ ਸਿਰਫ ਬੇਨਤੀ ਹੈ ਕਿ ਜਿਹੜੀ ਬਿਮਾਰੀ ਹੈ ਇਸ 'ਚ ਘਰ ਰਹਿਣ ਨਾਲ ਹੀ ਬਚਿਆ ਜਾ ਸਕਦਾ, ਔਰ ਬਾਅਦ ਚੱਲੋ ਜਿਹੜੀ ਕੋਈ ਵੈਕਸੀਨ ਵਗੈਰਾ ਕੋਈ ਲੈ ਨਹੀਂ, ਅਸੀਂ ਆਪਦੇ ਵੱਲੋਂ ਕੋਈ ਕੋਈ ਕਸਰ ਨਹੀਂ ਛੱਡ ਰਹੇ। ਅੱਜ ਵੀ ਜਿਹੜੀ ਗਸ਼ਤ ਹੈ ਉਹ ਜਾਰੀ ਹੈਗੀ ਹੈ, ਅੱਜ ਅਸੀਂ ਦੌਰਾ ਕੀਤਾ ਔਰ ਸੜਕਾਂ ਦੀ ਜਿਹੜਾ ਸੜਕਾਂ ਹੈ ਉਹ ਵੀ ਸ਼ੁਰੂ ਕਰ ਦਿੱਤਾ ਗਿਆ। ਸਾਡਾ ਫਾਇਰ ਡਿਪਾਰਟਮੈਂਟ ਹੈ ਜਿਹੜਾ, ਉਹਨਾਂ ਦੀਆਂ ਵੀ 7 ਗੱਡੀਆਂ ਜਿਹੜੀਆਂ ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ ਛਿੜਕਾਅ ਕਰ ਰਹੀਆਂ ਨੇ, ਔਰ ਕਾਰਪੋਰੇਸ਼ਨ ਵੀ ਇਸ 'ਚ ਪੂਰਾ ਸਹਿਯੋਗ ਕਰ ਰਹੀ ਹੈ। ਇਸ ਤੋਂ ਇਲਾਵਾ ਹੈਲਥ ਡਿਪਾਰਟਮੈਂਟ ਆਪਦਾ ਜੋ ਉਹਨਾਂ ਦਾ ਰੋਲ ਹੈ ਉਹ ਕਰ ਰਿਹਾ ਹੈਗਾ। ਬਟ ਵਰਲਡ ਓਵਰ ਜਿਹੜੇ ਵੱਡੇ ਵੱਡੇ ਕੰਟਰੀਜ਼ ਨੇ ਉਹਨਾਂ ਦੇ ਹੈਲਥ ਸਿਸਟਮਸ ਵੀ ਇਹਨੂੰ ਕੋਪ ਅਪ ਨਹੀਂ ਕਰ ਸਕੇ। ਸੋ ਲੋਕਾਂ ਲਈ ਸਭ ਤੋਂ ਵੱਡਾ ਅਗਰ ਕੋਈ ਬਚਾਅ ਹੈ ਉਹ ਇਹੀ ਹੈ ਕਿ ਘਰਾਂ 'ਚ ਰਹਿਣ, ਪਰ ਅਗਰ ਕੋਈ ਇਹ ਐਕਸਪੈਕਟ ਕਰੇ ਕਿ ਮੈਂ ਬਿਮਾਰ ਪੈ ਜਾਵਾਂ ਔਰ ਫਿਰ ਮੇਰੀ ਬਹੁਤ ਵੱਡੀ ਕੋਈ ਤਿਮਾਰਦਾਰੀ ਹੋਊਗੀ, ਉਹ ਇੱਕ ਤਰ੍ਹਾਂ ਨਾਲ ਆਪਾਂ ਦੂਜੇ ਦੇਸ਼ਾਂ ਤੋਂ ਇਗਜ਼ੈਂਪਲ ਲਈਏ। ਨੋ ਡਾਊਟ ਸਾਡੇ ਇੰਤਜ਼ਾਮ ਪੂਰੇ ਨੇ, ਅਸੀਂ ਆਪਦੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ, ਬਟ ਬੈਸਟ ਇਲਾਜ ਇਹ ਹੈ ਕਿ ਤੁਸੀਂ ਘਰਾਂ 'ਚ। ਦੇਸ਼ ਵਿਦੇਸ਼ ਔਰ ਆਪਣੇ ਸ਼ਹਿਰ ਕੀ ਲੋਕਲ ਖਬਰ ਕੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਜ਼ਰੂਰ ਕਰੇ ਔਰ ਘੰਟੀ ਕੇ ਬਟਨ ਕੋ ਜ਼ਰੂਰ ਦਬਾਏ। ਆਪਕਾ ਮਨਪਸੰਦ ਨਿਊਜ਼ ਚੈਨਲ KPD ਨਿਊਜ਼, ਹੱਕ ਸੱਚ ਔਰ ਇਨਸਾਫ ਕੀ ਆਵਾਜ਼ ਆਪਕੋ ਰੱਖੇ।